लुधियाना के बस स्टैंड स्थित पंजाब रोडवेज पनबस व पीआरटीसी कर्मचारियों की ओर से अपनी हकी मंगों को लेकर मौजूदा की कांग्रेस सरकार के खिलाफ विरोध जताते हुए गेट रैली कर प्रदर्शन किया गया इस दौरान उन्होंने कच्चे मुलाजमो को पक्का करने की मांग और ट्रांसपोर्ट मंत्री को निशाने पर लिया मीडिया ऐसी बातचीत करते हुए प्रदर्शनकारी नेता भगत सिंह भक्ता ने कहा की मौजूदा सरकार कर्मचारियों को टाल कर रही है और 29 तारीख को कैबिनेट की मीटिंग होने जा रही है जिसमें सरकार द्वारा अहम फैसले किए जाने हैं लेकिन मुलाजिमों की ओर कोई भी ध्यान नहीं दिया जा रहा उन्होंने कहा कि अगर सरकार ने पंजाब रोडवेज व पन बस कर्मचारियों को पक्का नहीं किया तो वह संघर्ष बड़े लेवल पर करेंगे इस पर प्रदर्शनकारी नेता का क्या कहना था वो आप सुने ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ ਪੂਰੇ ਪੰਜਾਬ ਦੇ 27 ਡੀਪੂਆਂ ਦੇ ਗੇਟ ਤੇ ਗੇਟ ਰੈਲੀयां ਕੀਤੀਆਂ ਗਈਆਂ ਕਿਉਂਕਿ ਪਿਛਲੇ ਸਮੇਂ 22 ਤਰੀਕ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਫਾਈਨਲ ਮੀਟਿੰਗ ਹੋਈ ਸੀ ਜਿਦੇ ਚ ਉਹਨਾਂ ਨੇ ਅਗਲੀ ਕੈਬਨਿਟ ਮੀਟਿੰਗ ਤੱਕ ਸਮਾਂ ਲਿਆ ਸੀਗਾ ਵੀ ਜਿਹੜੀ ਹੜਤਾਲ ਨੂੰ ਪੋਸਟਪੋਨ ਕੀਤਾ ਜਾਵੇ ਅਸੀਂ ਕੈਬਨਿਨਟ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਰੈਗੂਲਰ ਕਰਾਂਗੇ ਜਿਸ ਕਰਕੇ ਅੱਜ ਅਸੀਂ ਸਰਕਾਰ ਨੂੰ ਯਾਦ ਕਰਾਉਂਦੇ ਆਂ ਤੇ ਚੇਤਾਵਨੀ ਦਿੰਨੇ ਆਂ ਵੀ 29 ਤਰੀਕ ਦੀ ਕੈਬਨਿਟ ਮੀਟਿੰਗ ਕਰਨ ਜਾ ਰਹੀ ਹੈ ਸਰਕਾਰ ਤੇ ਉਹਦੇ ਚ ਸਾਡੇ ਪਨਬਸ ਪੀਆਰਡੀਸੀ ਦੇ ਸਮੂਹ ਜਿਹੜੇ ਮੁਲਾਜ਼ਮੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੇਕਰ ਨਾ ਕੀਤਾ ਗਿਆ ਤੇ ਤੁਰੰਤ ਜਿਹੜੀਆਂ ਪੰਜਾਬ ਰੋਡ ਪਨਬਸ ਪੀਆਰਡੀਸੀ ਦੀਆਂ ਬੱਸਾਂ 30 ਤਰੀਕ ਤੋਂ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਤੇ ਜਾਣਗੇ ਸਮੂਹੇ ਮੁਲਾਜ਼ਮ ਸਰਕਾਰ ਬਸ ਲollipops ਦੇ ਰਹੀ ਹੈ ਸਰਕਾਰ ਸਮਟ ਪਾ ਰਹੀ ਆ ਕਦੀ ਚਿਹਰੇ ਬਦਲ ਲੈਂਦੀ ਕਦੀ ਪੰਜਾਬ ਦਾ ਪ੍ਰਧਾਨ ਬਦਲ ਲਿਆ ਕਦੀ ਟਰਾਂਸਪੋਰਟ ਮੰਤਰੀ ਬਦਲ ਲਿਆ ਕਦੀ ਸੀਐਮ ਦਾ ਚਿਹਰਾ ਬਦਲ ਲਿਆ ਸੋ ਚਿਹਰੇ ਬਦਲ ਕੇ ਮਸਲੇ ਹੱਲ ਨਹੀਂ ਹੋਣੇ ਸਰਕਾਰ ਨੂੰ ਕੰਮ ਕਰਨੇ ਪੈਣਗੇ ਕਿਉਂਕਿ ਇਹਨਾਂ ਨੇ ਵਾਅਦੇ ਬੜੇ-ਬੜੇ ਬੜੇ ਕੀਤੇ ਸੀ ਜਿਸ ਕਰਕੇ ਉਹ ਸਾਰਾ ਸਮਾਂ ਨਿਕਲ ਗਿਆ ਸਿਰਫ 1 ਮਹੀਨਾ ਬਾਕੀ ਆ ਤੇ ਸਰਕਾਰ ਜਿਹੜੇ ਆਪਣੇ ਵਾਅਦੇ ਕੋਜਨ ਪੂਰੇ ਕਰੇ ਜਿਹਦੇ ਨਾਲ ਜਿਹੜੇ ਵੋਟ ਬੈਂਕ ਆ ਉਹ ਤਾਂ ਜੁੜਨਾ ਨਹੀਂ ਤੇ ਸਾਰੇ ਹੀ ਜਿਹੜੇ ਵਿਭਾਗ ਨੇ ਜਾਂ ਮੁਲਾਜ਼ਮ ਨੇ ਉਹ ਵੱਖ-ਵੱਖ ਜਗ੍ਹਾ ਤੇ ਧਰਨਿਆਂ ਤੇ ਬੈਠੇ ਆ ਤੇ ਇਸੇ ਤਰ੍ਹਾਂ ਪਣਬਸ ਪੀਆਰ ਦਾ एलान ਕਰ ਚੁੱਕੇ ਆ ਜਨ ਹਿਤਾਸ਼ੀ টিআরপি ਨਹੀਂ ਖਰੀਦਦੇ ਫਰੋਸਾ ਜਿੱਤੇ ਹਨ